ਤਾਂ ਦੋਸਤੋ ਬਹੁਤ ਸਾਰੀਆਂ ਤੁਹਾਨੂੰ ਮੈਂ ਮਸ਼ੀਨਾਂ ਵਿਖਾਈਆਂ ਜਿਹੜੀਆਂ ਕਿ ਕਣਕ ਵੱਢਣ ਦੇ ਨਾਲ ਨਾਲ ਤੂੜੀ ਵੀ ਬਣਾਉਂਦੀਆਂ ਅਤੇ ਤੂੜੀ ਦੀਆਂ ਗੱਠਾਂ ਵੀ ਬਣਾਉਂਦੀਆਂ, ਪਰ ਅੱਜ ਤੁਹਾਨੂੰ ਮਸ਼ੀਨ ਵਿਖਾਊਂਗਾ ਜਿਹੜੀ ਕਿ ਤੂੜੀ ਬਣਾਉਂਦੀ ਜ਼ਰੂਰ ਆ, ਪਰ ਤੂੜੀ ਨੂੰ ਟਰਾਲੀ ਦੇ ਵਿੱਚ ਪੈਕ ਕਰਦੀ ਹੈ। ਜਿਵੇਂ ਕਿ ਤੁਸੀਂ ਕਣਕ ਵੱਢਣ ਤੋਂ ਬਾਅਦ ਤੂੜੀ ਬਣਾਉਂਦੇ ਹੋ ਤਾਂ ਟਰਾਲੀ ਤੁਹਾਡੇ ਘਰ ਆ ਜਾਂਦੀ ਹੈ ਅਤੇ ਘਰ ਤੁਸੀਂ ਲਾਹ ਲੈਂਦੇ ਹੋ। ਜੇਕਰ ਤੁਹਾਨੂੰ ਇਹੋ ਜਿਹੀ ਸੁਵਿਧਾ ਚਾਹੀਦੀ ਹੈ ਤਾਂ ਆਹ ਪੂਨੀ ਦੀ ਮਸ਼ੀਨ ਹੈ ਜੀ, ਦੇਖ ਸਕਦੇ ਤੁਸੀਂ। ਤਾਂ ਦੋਸਤੋ ਇਹ ਮਸ਼ੀਨ 12 ਲੀਟਰ ਤੇਲ ਖਾਂਦੀ ਆ 1 ਕਿੱਲੇ ਦਾ, ਜਿਹਦੇ 'ਚ ਕਣਕ ਵੀ ਵੱਢਦੀ ਆ ਅਤੇ ਤੂੜੀ ਵੀ ਬਣਾਉਂਦੀ ਆ ਅਤੇ ਤੂੜੀ ਨੂੰ ਟਰਾਲੀ 'ਚ ਪੈਕ ਵੀ ਕਰਦੀ ਆ, ਤੁਸੀਂ ਦੇਖ ਸਕਦੇ ਜੀ। ਪੂਨੀ ਦੀ ਮਸ਼ੀਨ ਆ ਅਤੇ ਬਹੁਤ ਤਗੜੀ ਚੀਜ਼ ਆ ਦੋਸਤੋ। ਅਤੇ ਇਹ ਜਿਹੜੀ ਮਸ਼ੀਨ ਦਾ ਜਿਹੜਾ ਪ੍ਰਾਈਜ਼ ਆ ਨਾ ਦੋਸਤੋ, 35 ਲੱਖ ਦੇ ਕਰੀਬਨ ਆ ਜੀ ਇਸਦਾ ਪ੍ਰਾਈਜ਼। ਅਤੇ ਇੰਜਣ ਇਹਦਾ ਆਪਦਾ ਅਤੇ ਪੂਨੀ ਗ੍ਰੇਨ ਕਰੂਜ਼ਰ ਨਾਂ ਇਸ ਮਸ਼ੀਨ ਦਾ। ਤੁਸੀਂ ਮਸ਼ੀਨ ਦੇਖੋ ਦੋਸਤੋ, ਪੂਰਾ ਪ੍ਰਬੰਧ, ਪਿੱਛੇ ਪਾਣੀ ਪੂਣੀ ਦੀ ਟੈਂਕੀ ਵੀ ਰੱਖੀ ਆ, ਪੈਪ ਵੀ ਲਮਕਦੀ ਹੈ ਵੀ ਜੇਕਰ ਅੱਗ ਉੱਗ ਲੱਗਣ ਦਾ ਡਰ ਹੋਵੇ ਤਾਂ ਕੱਢ ਕੇ ਪਾਣੀ ਦਬਦਬ ਛਿੜਕਿਆ ਜਾਵੇ। ਇਹ ਮਸ਼ੀਨ ਦੇ ਪਿੱਛੇ ਇਹ ਸੁਵਿਧਾ ਦਿੱਤੀ ਗਈ ਆ। ਅਤੇ ਆਹ ਦੇਖੋ ਜੀ, ਡਿੱਗੀ ਕਣਕ ਵੱਢ ਰਹੀ ਆ ਥੱਲਿਓਂ, 2 ਘੰਟਿਆਂ ਦੇ ਵਿੱਚ ਵਿੱਚ ਕਿੱਲਾ ਭੜਕਾ ਦਿੰਦੀ ਆ। 2 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਕਣਕ ਵੱਢ ਕੇ ਤੂੜੀ ਬਣਾ ਕੇ ਕਿੱਲੇ ਦੇ ਵਿੱਚੋਂ ਵਿਹਲਾ ਹੋ ਜਾਂਦਾ। ਟਰਾਲੀ ਦੇ ਮਗਰ 12 ਤੋਂ 15 ਕੁਇੰਟਲ ਤੂੜੀ ਪੈਂਦੀ ਆ, ਟਰਾਲੀ ਵੱਡੀ ਹੈ ਇਹਦੀ, ਅਤੇ ਟੈਂਕ ਦੇ ਵਿੱਚ ਦਾਣੇ ਵੀ 12 ਤੋਂ 15 ਕੁਇੰਟਲ ਪੈ ਜਾਂਦੇ ਆ ਦੋਸਤੋ। ਆ ਰਹੀ ਮਸ਼ੀਨ, ਫੁੱਲ ਵੀਡੀਓ ਚਾਹੀਦੀ ਹੋਈ ਤਾਂ ਵੀਡੀਓ 'ਚ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਆ ਜੀ।